कुछ बंदे अपने चाहे किसान मजदूर संघर्ष कमेटी है चाहे अपने डॉक्टर साहब ने सारे क्योंकि इकट्ठे वो सरकार के ट्रैप च फसे तो ये बंबे वाले के ट्रैप च फसे। हाँ मैं सारी नौजवानी नूं कहना बंबे वाले तो बच जाओ गद्दार। किसान मजदूर एकता जिंदाबाद। किसानी संघर्ष लई लड़ रहे हैं चढ़दी कला। मैं कोई भी कमेंट मेरा करते हैं मेरी गल जरूर सुनियो ध्यान नाल। जिहड़ी मेरे उत्ते कैप्शन आ तुसीं पढ़ लो की गल मैं करनी चाहुंदा। गल है कि लखा सिधाणा बई लखे दे नाल सी नाल हाँ नाल रहांगे। जिहड़ी गल है कि हुण जिहड़े मेरे ओह वीडियो ते बहुत साथ भी है ते मैनूं गद्दारी ते मेरी थले कमेंटां च मावां भैणां तक दीआं गालां जिहड़ियां भी आपां किहड़ी मर्यादा च कढ़ियां जा रहीआं उत्थे इक गल जरूर सुणियो। लखा ਦਾ ਉਹਦੇ 'ਚ ਕੋਈ ਰੋਲ ਨਹੀਂ ਹੈ। ਲੱਖੇ ਨੂੰ ਪਤਾ ਨਹੀਂ ਸੀ ਲੱਖਾਂ ਤਾਂ ਚਿੰਤਾ 'ਚ ਸੀ ਜਦੋਂ ਲੋਕ ਲਾਲ ਕਿਲੇ ਜਾਂਦੇ ਸੀ ਅਤੇ ਬਾਕੀ ਕੁਝ ਬੰਦੇ ਆਪਣੇ ਚਾਹੇ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਚਾਹੇ ਆਪਣੇ ਡਾਕਟਰ ਸਾਹਿਬ ਨੇ ਸਾਰੇ ਕਿਉਂਕਿ ਇਕੱਠੇ ਉਹ ਸਰਕਾਰ ਦੇ ਟਰੈਪ 'ਚ ਫਸੇ ਅਤੇ ਇਹਦੇ ਬੰਬੇ ਵਾਲੇ ਦੇ ਟਰੈਕ 'ਚ ਫਸੇ। ਬੰਬੇ ਵਾਲੇ ਦਾ ਵਿਰੋਧ ਕਰਦੇ ਹਾਂ ਹੁਣ ਵੀ ਕਰਦੇ ਹਾਂ ਅਤੇ ਠੋਕ ਕੇ ਕਰਦੇ ਹਾਂ। ਚੁੱਪ ਸੀ ਤਾਂ ਜੋ ਵੀ ਆਪਾਂ ਸੰਘਰਸ਼ ਜਿੱਤ ਲਈਏ ਫਿਰ ਬੋਲਾਂਗੇ। ਹੁਣ ਜਿਹੜੀ ਗੱਲ ਕਰਨ ਵਾਲੀ ਆ ਉਹ ਸੁਣਿਓ। ਇਸ ਟਾਈਮ ਗੱਲ ਇਹ ਹੈ ਗਲਤੀਆਂ ਸਭ ਤੋਂ ਹੋਈਆਂ ਨੇ ਸਾਰੀਆਂ ਜਥੇਬੰਦੀਆਂ ਹਰ ਤੋਂ ਕਿਉਂਕਿ ਬਹੁਤ ਵੱਡਾ ਮੋਰਚਾ ਗਲਤੀਆਂ ਹੋ ਜਾਂਦੀਆਂ ਨੇ ਪਰ ਉਹ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ ਹੁੰਦਾ ਉਹਨਾਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ ਹੁੰਦਾ। ਇਸ ਟਾਈਮ ਜਿਹੜੀਆਂ ਸਾਡੀਆਂ ਸਾਰੀਆਂ ਜਥੇਬੰਦੀਆਂ ਉਹ ਕਿਸੇ ਤੋਂ ਵੀ ਮੁੱਖ ਨਾ ਮੋੜਨ। ਅੱਜ ਮੁੰਡਿਆਂ ਨੂੰ ਸਾਰਿਆਂ ਨੂੰ ਅੱਜ ਨੌਜਵਾਨੀ ਨੂੰ ਅੱਜ ਤੁਹਾਨੂੰ ਅੱਜ ਲੱਖੇ ਬਾਈ ਨੂੰ ਸਭ ਨੂੰ ਤੁਹਾਡੀ ਲੋੜ ਹੈ ਅਤੇ ਤੁਹਾਡੀ ਤੁਹਾਨੂੰ ਸਾਡੀ ਲੋੜ ਹੈ। ਸਾਰੀ ਨੌਜਵਾਨੀ ਦੀ ਲੱਖੇ ਦੀ ਕਲਾਕਾਰਾਂ ਦੀ ਸਭ ਦੀ ਨੌਜਵਾਨੀ ਨੂੰ ਲੋੜ ਹੈ ਪੰਜਾਬ ਨੂੰ ਲੋੜ ਹੈ ਤੁਹਾਡੀ ਸਾਨੂੰ ਲੋੜ ਹੈ ਸਾਨੂੰ ਤੁਹਾਡੀ ਲੋੜ ਹੈ। ਹੁਣ ਤੁਸੀਂ ਇੱਕ ਰਹੋ ਇੱਕਜੁੱਟ ਹੋਵੋ। ਆਪਾਂ ਕਿਸਾਨ ਆਪਣਾ ਮੋਰਚਾ ਪਹਿਲਾਂ ਨਾਲੋਂ ਵੱਡਾ ਹੋ ਗਿਆ। ਪਹਿਲੇ 26 ਤੋਂ ਬਾਅਦ 2 ਦਿਨ ਮਾਯੂਸੀ ਸੀ ਬਹੁਤ ਕੁਛ ਸੀ ਬਹੁਤ ਦਿਲ 'ਚ ਉਬਾਲ ਸਨ ਪਰ ਗਲਤੀਆਂ ਤੁਸੀਂ ਵੀ ਕੀਤੀਆਂ ਉਹਦੇ 'ਚ। ਹੁਣ ਇਹ ਕੀ ਹੈ ਮੇਰੀ ਗੱਲ ਸੁਣੋ ਧਿਆਨ ਨਾਲ ਬਾਈ ਜੀ ਧਿਆਨ ਨਾਲ ਸੁਣਿਓ ਸਾਰੇ। ਮੇਰੀ ਜਥੇਬੰਦੀਆਂ ਨੂੰ ਅਪੀਲ ਹੈ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਜਦੋਂ ਦੋ ਸਕੇ ਭਰਾ ਅੱਡ ਹੁੰਦੇ ਨੇ ਤਾਂ ਘਰ ਦੇ ਵਿੱਚ ਕੰਧ ਵੀ ਕੱਢੀ ਜਾਂਦੀ ਹੈ। ਉਹ ਕੰਧ ਕੱਢੀ ਜਾਂਦੀ ਹੈ ਪਰ ਉਹ ਕਈ ਵਾਰ ਆਪਾਂ ਖੇਤੀ ਇਕੱਠੇ ਹੋ ਕੇ ਕਰਦੇ ਹਾਂ ਉਵੇਂ ਸੀ ਆਪਣੀਆਂ ਸਟੇਜਾਂ ਦੋ ਸੀ ਪਰ ਆਪਾਂ ਕੰਮ ਕੀ ਕਰ ਰਹੇ ਸੀ ਬਿੱਲ ਰੱਦ ਕਰਾਉਣ ਲਈ। ਪਰ ਜਦੋਂ ਇੱਕ ਸਾਡੇ ਭਰਾ ਨੂੰ ਸਰਕਾਰ ਨੇ ਟਰੈਪ 'ਚ ਫਸਾ ਲਿਆ ਅਤੇ ਜਦੋਂ ਗਲਤੀ ਦਾ ਪਤਾ ਲੱਗਿਆ ਉਹਨਾਂ ਨੂੰ ਉਸ ਭਰਾ ਨੂੰ ਵੱਖ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਦੋਂ ਬਾਅਦ ਜਦੋਂ ਸਰਕਾਰ ਤੁਹਾਡੇ 'ਤੇ ਹਮਲੇ ਕਰਦੀ ਹੈ ਇੱਟਾਂ ਰੋਲੇ ਚਲਾਉਂਦੀ ਹੈ ਉਦੋਂ ਬਾਅਦ ਸਾਡੇ ਦਿਲ ਏਡੇ ਹੋਣੇ 'ਚ ਉਹ ਭਰਾਵਾਂ ਨੂੰ ਜਿਹੜੀ ਵਿੱਚੋਂ ਕੰਧ ਸੀ ਦੋ ਸਟੇਜਾਂ ਸੀ ਅੱਜ ਉਹ ਲੋੜ ਹੈ ਕਿ ਉਹ ਕੰਧ ਵੀ ਹਟਾ ਕੇ ਸਟੇਜ ਵੀ ਇੱਕ ਕਰ ਦਿਓ। ਤੁਸੀਂ ਲੜਨ ਤਾਂ ਲਾਉਣ ਨਾਲੋਂ ਤੁਹਮ ਤਾਂ ਲਾਉਣ ਨਾਲੋਂ ਇੱਕ ਕਿਸੇ ਨੂੰ ਕੋਈ ਵੀ ਖਿਤਾਬ ਦੇਣ ਨਾਲੋਂ ਗਲਤੀਆਂ ਹੋਈਆਂ ਸਭ ਤੋਂ ਹੋਈਆਂ ਉਹ ਸਾਰਿਆਂ ਨੂੰ ਸਮਝ ਕੇ ਸਰਕਾਰ ਦੀ ਚਾਲ। ਸਾਡਾ ਦੁਸ਼ਮਣ ਸਰਕਾਰ ਹੈ ਸਾਡੀ ਸਾਡਾ ਦੁਸ਼ਮਣ ਬਹੁਤ ਵੱਡਾ ਹੈ। ਅਸੀਂ ਜਿਵੇਂ ਭਰਾ ਸਕੇ ਪੀੜ ਪੈਣ 'ਤੇ ਭੀੜਾਂ ਪੈਣ 'ਤੇ ਘਰਾਂ 'ਚੋਂ ਕੰਧਾਂ ਢਾ ਕੇ ਇਕੱਠੇ ਹੋ ਜਾਂਦੇ ਨੇ ਅੱਜ ਸਾਨੂੰ ਉਵੇਂ ਇਕੱਠੇ ਹੋਣ ਦੀ ਲੋੜ ਹੈ। ਇਹ ਕੰਧ ਢਾ ਕੇ ਅੱਜ ਸਟੇਜ ਹੀ ਇੱਕ ਕਰ ਲਓ ਉਸ ਸਟੇਜ 'ਤੇ ਨਹੀਂ ਜਾਣਾ ਇਸ ਸਟੇਜ 'ਤੇ ਜਾਣਾ ਮੁੱਦਾ ਖਤਮ ਕਰ ਦਿਓ। ਸਰਕਾਰ ਨੂੰ ਨੀਂਦ ਨਾ ਹਰਾਮ ਸਰਕਾਰ ਦੀ ਨੀਂਦ ਹਰਾਮ ਹੋ ਜਾਵੇ ਕਿ ਇਹ ਇਕੱਠੇ ਹੋ ਗਏ ਆ ਅਤੇ ਇਹਦੇ 'ਚ ਪਹਿਲ ਕਦਮੀ ਦੋਨਾਂ ਧਿਰਾਂ ਨੂੰ ਕਰਨੀ ਪੈਣੀ ਹੈ ਸੰਯੁਕਤ ਮੋਰਚੇ ਨੂੰ ਵੀ ਕਰਨੀ ਪੈਣੀ ਹੈ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਵੀ ਕਰਨੀ ਪੈਣੀ ਹੈ। ਗਲਤੀਆਂ ਸਭ ਤੋਂ ਹੋਈਆਂ ਉਹ ਗਲਤੀਆਂ ਨੂੰ ਪਰਦੇ ਪਾ ਕੇ ਅੱਗੇ ਵਧਣਾ ਪੈਣਾ। ਹਾਂ ਮੈਂ ਸਾਰੀ ਨੌਜਵਾਨੀ ਨੂੰ ਕਹਿੰਦਾ ਬੰਬੇ ਵਾਲੇ ਤੋਂ ਬਚ ਜਾਓ ਗੱਦਾਰ ਆ ਉਹਦੀਆਂ ਗੱਲਾਂ ਦੇ ਜਵਾਬ ਦੇਵਾਂਗੇ ਪਰ ਆਹ ਟਾਈਮ ਇੱਕੇ 'ਚ ਰਹਿਣ ਦਾ ਇਕੱਠੇ ਰਹਿਣ ਦਾ ਅਤੇ ਸਾਰੇ ਮਜ਼ਦੂਰ ਆਪਣੇ ਯੂਨੀਅਨ ਲੱਖਾ ਉਹਦੀ ਸਪੋਰਟ ਕਰੋ ਅੱਜ ਲੋੜ ਆ ਉਹਦੇ ਸਾਥ ਦੀ। ਉਹਨੇ ਕੰਮ ਕੀਤਾ ਤੁਹਾਡੇ ਲਈ ਉਹਨੇ ਕੰਮ ਕੀਤਾ ਪੰਜਾਬ ਨੌਜਵਾਨੀ ਲਈ ਉਹਨੇ ਕੰਮ ਕੀਤਾ ਇਕੱਲੇ ਇਕੱਲੇ ਬੱਚੇ ਲਈ। ਉਹਦੀ ਸੋਚ ਮਾੜੀ ਨਹੀਂ ਹੈ। ਜਿਹੜਾ ਬੰਦਾ ਕ੍ਰਾਈਮ 'ਚੋਂ ਨਿਕਲ ਕੇ ਆਉਂਦਾ ਇਸ ਲੈਵਲ 'ਤੇ ਅਤੇ ਉਹਦੀ ਭਾਵਨਾ ਕੀ ਹੋਊਗੀ। ਠੀਕ ਆ ਨਾ ਅਸੀਂ ਤਾਂ ਉਹਨੂੰ ਕੱਲ੍ਹ ਨੂੰ ਵੱਡਾ ਪਰਮਾਤਮਾ ਕਰੇ ਲੀਡਰ ਬਣੇ ਅਗਵਾਈ ਕਰੇ ਪੰਜਾਬ ਦੀ ਬਹੁਤ ਕੰਮ ਕਰੇ। ਅੱਜ ਜਥੇਬੰਦੀਆਂ ਵੱਡੇ ਦਿਲ ਕਰਨ ਆ ਸੁੰਗੜੀਆਂ ਦਿਲੀਆਂ ਨਾ ਰੱਖਣ ਵੱਡੇ ਦਿਲ ਕਰਕੇ ਨਿਕਲਣ ਅਤੇ ਜਿਹੜੇ ਲੋਕ ਮੈਨੂੰ ਕਾਮਰੇਡ ਪਤਾ ਨਹੀਂ ਵਿਕ ਗਿਆ ਦਲਾਲ ਤੁਸੀਂ ਮੇਰੀ ਗੱਲ ਸੁਣੋ। ਮੈਂ ਉਹ ਬੰਦਾ ਸੀ ਜਿੱਦਣ ਸਭ ਤੋਂ ਪਹਿਲਾਂ ਸਟੇਜ 'ਤੇ ਜਿਸ ਦਿਨ ਦਲਜੀਤ ਬਾਈ ਸਟੇਜ 'ਤੇ ਆਉਂਦਾ ਮੈਂ ਕਿਹਾ ਸੀ ਜਥੇਬੰਦੀਆਂ ਨੂੰ ਕਿਸੇ 'ਚ ਹਿੰਮਤ ਸੀ ਮੈਂ ਕਿਹਾ ਤੁਸੀਂ 31 ਦੇ 31 ਇੱਥੇ ਲਾਈਨ 'ਚ ਖੜਾ ਲਓ ਤੁਹਾਨੂੰ ਤੁਹਾਡੇ ਵਿੱਚੋਂ 2-4 ਨੂੰ ਛੱਡ ਕੇ ਤੁਹਾਨੂੰ ਕੁੱਤਾ ਨਹੀਂ ਜਾਣਦਾ। ਜੇ ਚੰਗੇ ਕੰਮ ਕਰੋਗੇ ਚੰਗਾ ਕੰਮ ਇੱਥੋਂ ਪਾਸ ਹੋ ਗਏ ਤੁਹਾਨੂੰ ਲੋਕ ਹਾਰ ਪਾਉਣਗੇ
ਤੁਹਾਨੂੰ ਜਿਹਦੇ ਵੱਲ ਉਂਗਲ ਕਰੋਗੇ ਮਨ ਕਰੇ ਸਰਕਾਰ ਬਣਾ ਦਿਓ, ਪਰ ਇੱਥੇ ਤੁਸੀਂ ਕੋਈ ਗਲਤ ਸਟੈਪ ਲਾਓਗੇ ਤੁਹਾਡੇ ਟੋਕੇ ਟੋਕਰਿਆਂ 'ਚ ਟੁਕੜੇ ਜਾਣਗੇ। ਅੱਜ ਵੀ ਉਹ ਬਿਆਨ ਵੀਡੀਓ ਪਈ ਹੈ, ਉਹ ਦੇਖੋ, ਮੈਂ ਹੀ ਸੀ ਉਸ ਦਿਨ ਬੋਲਿਆ ਸੀ ਤੇ ਅੱਜ ਮੈਂ ਗੱਦਾਰ ਹੋ ਗਿਆ, ਜਿਹੜਾ ਸ਼ਰੇਆਮ ਜਥੇਬੰਦੀਆਂ ਨੂੰ ਕਹਿੰਦਾ ਸੀ। ਮੈਂ ਹੀ ਸੀ ਜਿਹਨੇ ਕਿਹਾ ਸੀ ਨੌਜਵਾਨੀ ਦੇ ਵਿੱਚ ਸਾਹਮਣੇ ਪਤਾ ਨਹੀਂ ਕਿੱਡੇ ਕਿੱਡੇ ਤਕੜੇ ਦਿਮਾਗ ਬੈਠੇ ਨੇ, ਇੱਥੇ ਇੱਕ ਸੁਝਾਅ ਬਾਕਸ ਲਾਓ, ਸਟੇਜ ਤੇ ਇੱਕ ਹੈਲਪਲਾਈਨ ਨੰਬਰ ਜਾਰੀ ਕਰੋ, ਹਰ ਬੰਦੇ ਦੇ ਸੁਝਾਅ ਦੇਖੋ, ਉਹਦੇ 'ਚ ਕੋਈ ਚੰਗਾ ਲੱਗਦਾ ਉਹਨੂੰ ਲਾਗੂ ਕਰੋ। ਤੇ ਮੈਂ ਹੀ ਕਿਹਾ ਸੀ ਕੋਈ ਜਿਹੜਾ ਪ੍ਰੋਗਰਾਮ ਦਿੰਦੇ ਹੋ ਤਾਂ ਉਹਨੂੰ ਸੋਚ ਸਮਝ ਕੇ ਦਿਓ ਤੇ ਉਦੋਂ ਬਾਅਦ ਮੁੜ ਕੇ ਪਿੱਛੇ ਨਾ ਹਟਣਾ ਪਵੇ। ਪਰ ਉਹ ਗਲਤੀਆਂ ਹੋਈਆਂ, ਉਹ ਗਲਤੀਆਂ ਤੋਂ ਪਿੱਛੇ ਹਟ ਕੇ ਹੁਣ ਵੱਡੇ ਹੋਵੋ। ਅੱਜ ਭਰਾ ਦੇ ਕੰਧ ਉਹਨੂੰ ਲੋੜ ਆ ਤੁਹਾਡੀ ਕਿ ਉਹ ਕੰਧ ਢਾ ਕੇ ਇੱਕ ਹੋਵੋ। ਅੱਜ ਲੋੜ ਹੈ ਲੱਖੇ ਦੇ ਨਾਲ ਖੜਨ ਦੀ। ਲੱਖਾ ਤੇ ਕੋਈ ਆ ਚਾਹੁੰਦੀ ਹੈ ਤਾਂ ਫਿਰ ਸਾਡੇ ਤੇ ਵੀ ਆਊਗੀ, ਲੱਖੇ ਨਾਲ ਨਹੀਂ ਖੜੋਗੇ ਫਿਰ ਅਸੀਂ ਵੀ ਨਹੀਂ ਖੜਦੇ, ਪਰ ਭੱਜਦੇ ਨਹੀਂ। ਇੱਕ ਗੱਲ ਸੁਣ ਲਓ, ਜੇ ਤੁਸੀਂ ਸਾਰੀਆਂ ਜਥੇਬੰਦੀਆਂ ਏਕੇ ਦਾ ਸਬੂਤ ਨਹੀਂ ਦਿੰਦੀਆਂ, ਜੇ ਤੁਸੀਂ ਲੱਖੇ ਦੀ ਸਾਡੀਆਂ ਨੌਜਵਾਨੀਆਂ ਤੋਂ ਐਂ ਭੱਜਣ ਦੀ ਕੋਸ਼ਿਸ਼ ਕਰੋਗੇ। ਮੈਂ 2 ਦਿਨ ਲਈ ਪੰਜਾਬ ਹਾਂ, 1 ਤੇ 2 ਤਰੀਕ ਨੂੰ, 2 ਤਰੀਕ ਨੂੰ ਬਾਈ ਸਾਹਿਬ ਜੀ ਪਿੰਡ ਦੇ ਉੱਥੇ ਮੇਲਾ, ਸਾਰੀ ਨੌਜਵਾਨੀ ਨੂੰ ਹੋਰ ਖਿੱਚਣ ਲਈ ਦਿੱਲੀ ਵਾਸਤੇ ਕਰ ਰਹੇ ਹਾਂ ਕੰਮ, ਅਤੇ ਅੱਜ ਇੱਥੇ ਪੰਜਾਬ 'ਚ ਮੈਂ 3 ਤਰੀਕ ਨੂੰ ਮੈਂ ਭੁੱਖ ਹੜਤਾਲ 'ਤੇ ਬੈਠੂੰਗਾ। ਮੈਂ ਭੁੱਖ ਹੜਤਾਲ 'ਤੇ ਪਾਣੀ ਵੀ ਨਹੀਂ ਪੀਣਾ ਜੇ ਤੁਸੀਂ ਏਕੇ ਦਾ ਸਬੂਤ ਨਹੀਂ ਦਿੰਦੇ, ਅਤੇ ਜਾਂ ਕਿਸੇ ਬਾਈ ਲੱਖੇ ਨੂੰ, ਹਰ ਕਿਸੇ ਨੂੰ ਸਪੋਰਟ ਕਰੋ ਯਾਰ। ਤੁਸੀਂ ਬਾਕੀ ਮੇਰੀ ਗੱਲ ਸੁਣੋ, ਬਾਪੂ ਰਾਜੇ ਵਾਲ ਇੰਨਾ ਸਿਆਣਾ ਬੰਦਾ, ਤੋ ਤੁਸੀਂ ਜਦੋਂ ਮੀਟਿੰਗਾਂ ਕਰਦੇ ਹੋ ਬਹੁਤ ਚੰਗਾ ਕੰਮ ਕਰਦੇ ਹੋ ਸਟੇਜ 'ਤੇ, ਤੁਸੀਂ ਮਤਲਬ ਉੱਥੇ ਜਿਹੜਾ ਮੀਟਿੰਗਾਂ ਦੇ ਵਿੱਚ ਸਰਕਾਰ ਦੀ ਠੋਕਦੇ ਹੋ ਮੰਜੀ ਪੂਰੀ, ਪਰ ਸਟੇਜ 'ਤੇ ਤੁਹਾਨੂੰ ਹਾਲ ਤੱਕ ਇਹ ਨਹੀਂ ਪਤਾ ਲੱਗਿਆ ਤੁਸੀਂ 50-50 ਸਾਲ ਕੰਮ ਕਰ ਰਹੇ ਹੋ। ਰਾਜੇਵਾਲ ਸਾਹਿਬ, ਬਾਪੂ ਜੀ ਤੁਸੀਂ ਕੀ ਬਿਆਨ ਦੇ ਦਿੰਦੇ ਹੋ, ਕੰਮ ਸਾਰਾ ਠੀਕ ਹੋਣ ਲੱਗਦਾ, ਏਕਾ ਹੋਣ ਲੱਗਦਾ, ਤੁਸੀਂ ਫਿਰ ਕੋਈ ਇਹੋ ਜਿਹਾ ਬਿਆਨ, ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਮੈਂ ਬਿਆਨ ਕੀ ਦੇਣਾ। ਮਾੜਾ ਮੋਟਾ ਜਿੱਥੋਂ ਦਿਲ ਤੋਂ ਉੱਥੇ ਦਿਮਾਗ ਵੀ ਵਰਤੋਂ, ਕਿਉਂ ਨੌਜਵਾਨੀ ਬੱਚਿਆਂ 'ਤੇ ਥਾਪੜਾ ਦੇਣਾ ਕਿ ਸਾਡੇ ਨਹੀਂ ਫਲਾਣਾ ਨਹੀਂ ਢਮਕਾਉਣਾ ਨਹੀਂ, ਐਸੀ ਦੀ ਤੈਸੀ ਜਿਹੜਾ ਕਹਿੰਦਾ ਸਾਡਾ ਨਹੀਂ। ਬਾਪੂ ਜੀ ਤੁਹਾਡੀ ਇੱਜ਼ਤ ਹੈ, ਜਿਵੇਂ ਉਹ ਬਾਦਲ ਸਾਹਿਬ ਨੇ ਜਾਂਦੇ ਹੋਏ ਖੇਹ ਪਵਾਲੀ, ਖੇਹ ਨਾ ਪਵਾ ਲਿਓ, ਅੱਜ ਤੁਹਾਨੂੰ ਨਾਲ ਖੜਨ ਦੀ ਲੋੜ ਆ, ਅੱਜ ਤੁਹਾਨੂੰ ਨਾਲ ਖੜਨ ਦੀ ਲੋੜ ਹੈ। ਤੁਹਾਨੂੰ ਤੁਹਾਡੇ ਤੋਂ ਨਹੀਂ ਸ਼ਬਦਾਂ 'ਤੇ ਕੰਟਰੋਲ ਲੈਂਦਾ, ਸਟੇਜ 'ਤੇ ਨਾ ਬੋਲੋ, ਤੁਸੀਂ ਸਿਰਫ ਮੀਟਿੰਗਾਂ 'ਚ ਅਗਵਾਈ ਕਰੋ, ਸਟੇਜ 'ਤੇ ਨਾ ਕੋਈ ਅਗਵਾਈ ਕਰੋ, ਅਤੇ ਜਿਹੜੇ ਨੌਜਵਾਨ ਆਗੂ ਆ ਉਹ ਵੀ ਪਹਿਲਾਂ ਸੋਚ ਸਮਝ ਕੇ, ਤੁਹਾਡਾ ਕੰਮ ਲੋਕਾਂ ਦੇ ਦਿਲਾਂ 'ਚ ਚੀਸ ਠਾਣਾ, ਉਹ ਬਗਾਵਤ ਆ ਫੁਕਰਿਆਂ ਵਾਲੀ ਬਗਾਵਤ ਨਾ ਮਾਰਿਆ ਕਰੋ ਸਟੇਜਾਂ ਤੋਂ, ਕਿਉਂਕਿ ਮੁੜ ਕੇ ਨੌਜਵਾਨੀ ਨੂੰ ਫਿਰ ਤੁਸੀਂ ਟਿਕਾਉਂਦੇ ਰਹਿੰਦੇ ਹੋ, ਫਿਰ ਭੱਜਦੇ ਹੋ। ਬਾਕੀ ਜੋ ਗਲਤੀਆਂ ਹੋ ਗਈਆਂ ਠੀਕ ਆ, ਜੋ ਸਭ ਨੇ ਗਲਤੀਆਂ ਕੀਤੀਆਂ, ਇੱਕ ਨੇ ਨਹੀਂ ਕੀਤੀ, ਇਕੱਲੇ ਇਕੱਲੇ ਬੰਦੇ ਨੇ ਗਲਤੀ ਕੀਤੀ ਆ, ਉਹ ਗਲਤੀਆਂ ਤੋਂ ਲਾ ਕੇ ਵੱਡੇ ਦਿਲੇ ਕੰਧ ਢਾਓ, ਭਰਾਵਾਂ ਦੀਆਂ ਕੰਧਾਂ ਢਾ ਕੇ ਹੁਣ ਇੱਕ ਹੋਣ ਦਾ ਵੇਲਾ ਹੈ, ਬਾਅਦ 'ਚ ਪੰਜਾਬ ਆ ਕੇ ਵੱਢ ਲਿਓ, ਮਾਰ ਲਿਓ, ਟੁੱਕ ਦਿਓ, ਗੱਦਾਰ ਜੋ ਮਰਜ਼ੀ ਕਿਸੇ ਨੂੰ ਕਹਿ ਲਿਓ, ਹਾਂ ਭਰਾਵੋ ਬਾਹਰ ਲਿਓ। ਮੇਰੇ ਸੱਜਣੋ ਭਰਾਓ, ਇਹ ਬੰਬੇ ਵਾਲੇ ਤੋਂ ਬਚ ਜਾਓ, ਐਕਟਰ ਹੈ ਐਕਟਰ, ਇਹ ਬਹੁਤ ਇਹਦੇ ਤੋਂ ਇਹਦੇ ਨਾਲ ਸੀ, ਇਹਦਾ ਸਾਥ ਦਿੱਤਾ ਸੀ, 29 ਤਰੀਕ ਦੀ ਮੀਟਿੰਗ ਤੋਂ ਬਾਅਦ ਦੂਰ ਹੋਏ ਹਾਂ, ਇਹਦਾ ਸਾਥ ਦਿੱਤਾ ਸੀ ਬੜੇ, ਅੱਜ ਵੀ ਵੀਡੀਓ ਪਈਆਂ ਇਹਦੇ ਸਾਥ ਦੀਆਂ ਮੇਰੇ ਚੈਨਲ 'ਤੇ, ਜੇ ਅਸੀਂ ਚੋਰ ਹੁੰਦੇ ਡਿਲੀਟ ਕਰ ਦਿੰਦਾ ਮੈਂ, ਇਹਦਾ ਸਾਥ ਦਿੱਤਾ ਸੀ, ਕਿਉਂ ਦੂਰ ਹੋਏ ਉਹ ਸਾਰੀਆਂ ਮੈਂ ਗੱਲਾਂ ਕਰ ਚੁੱਕਿਆ ਮੈਂ ਬਾਹਰ, ਕਿਉਂਕਿ ਹਾਲੇ ਨਹੀਂ ਹੁਣ ਕਰਨੀਆਂ, ਹੁਣ ਏਕੇ ਦਾ ਵੇਲਾ। ਇੱਕ ਸਾਡਾ ਭਰਾ ਮੱਕੜ, ਮੈਂ ਉਹਦੀ ਪੱਤਰਕਾਰੀ 'ਤੇ ਕੋਈ ਸਵਾਲ ਨਹੀਂ ਚੱਕਿਆ, ਮੇਰਾ ਭਰਾ ਬਹੁਤ ਚੰਗਾ ਦੋਸਤ, ਬਹੁਤ ਉਹਦੀ ਤਾਰੀਫ ਕਰਦੇ ਹਮੇਸ਼ਾ, ਉਹਦੀ ਪੱਤਰਕਾਰੀ 'ਤੇ ਕੋਈ ਸਵਾਲ ਨਹੀਂ ਚੱਕਿਆ, ਉਹ ਕੋਈ ਹੁਣ ਮਾੜਾ ਕੰਮ ਨਹੀਂ ਕਰਦਾ। ਉਸ ਚੈਨਲ ਦੀ ਗੱਲ ਕੀਤੀ ਸੀ ਮੈਂ, ਅਤੇ ਚੈਨਲ ਉਸ ਸਟੈਂਡ 'ਤੇ ਮੈਂ ਕਾਇਮ ਹਾਂ, ਪਰ ਉਹ ਕਿਉਂ ਸੀ, ਉਹ ਕਾਹਦੇ ਲਈ? ਭਰਾ ਸਾਡੇ ਨੇ ਵੀ ਹਰ ਛੋਟੇ ਘਰ ਨੂੰ ਵੱਡਾ ਹੋਣ ਦਾ, ਆਮ ਘਰ ਦੇ ਬੱਚਾ ਵੱਡਾ ਹੋਵੇ ਪਰ ਜਦੋਂ ਵੱਡਾ ਹੋਣਾ ਉਹਨੇ, ਉਹਨੂੰ ਇਹ ਸੋਚਣਾ ਪੈਣਾ ਕਿ ਉਹ ਜਿਸ ਬੰਦਿਆਂ ਦੇ ਨਾਲ ਕੰਮ ਕਰੂਗਾ, ਵੱਡੇ ਬੰਦੇ ਜਿਨ੍ਹਾਂ ਕਰਕੇ ਉਹਨੇ ਵੱਡਾ ਹੋਣਾ, ਉਹ ਬੰਦੇ ਕਿਵੇਂ ਦੇ ਆ। ਅਤੇ ਇਹਦੇ ਵਿੱਚ ਚਲੋ ਇਹ ਗੱਲਾਂ ਹਾਲੇ ਆਪਾਂ ਬਾਅਦ 'ਚ ਮੈਂ ਮੋਰਚਾ ਜਿੱਤ ਕੇ ਕਰੂੰਗਾ ਕਿ ਇਹਨਾਂ ਨੇ ਕਿੱਥੇ ਚੈਨਲ ਵਰਤਣਾ ਸੀ, ਇੱਥੇ ਕੁਛ ਨਹੀਂ। ਜਿਹੜੇ ਬੰਦੇ ਵਿਚਾਰੇ ਮੱਕੜ ਬਾਈ ਨੂੰ, ਸਾਡੇ ਭਰਾ ਨੂੰ ਵੀ ਨਾਲ ਲੈ ਗਏ, ਪਰ ਮੱਕੜ ਦੀ ਪੱਤਰਕਾਰੀ 'ਤੇ, ਮੱਕੜ 'ਤੇ ਕੋਈ ਸਵਾਲ ਨਹੀਂ ਹੈ ਮੇਰੇ ਵੱਲੋਂ, ਡਾਕਟਰ ਸਾਹਿਬ 'ਤੇ ਮੇਰਾ ਕੋਈ ਸਵਾਲ ਨਹੀਂ ਹੈ, ਕਿਉਂਕਿ ਉਹ ਸਟ੍ਰੈਪ 'ਚ ਫਸੇ, ਸਰਕਾਰ ਦੇ ਟ੍ਰੈਪ ਬਹੁਤ ਵੱਡੇ ਹੁੰਦੇ ਆ, ਉਸ ਟ੍ਰੈਪ ਦੇ ਵਿੱਚ ਬਹੁਤ ਵੱਡਾ ਰੋਲ ਦੀਪ ਦਾ ਜਿਹੜਾ ਫਸਾਇਆ। ਬਾਕੀ ਗਲਤੀ ਹੋਈ ਆ ਪਰ ਕਿਸੇ ਤੋਂ ਗੁਨਾਹ ਨਹੀਂ ਕੋਈ ਹੋਇਆ, ਗਲਤੀਆਂ ਮਾਫ਼ ਕਰਕੇ ਅੱਗੇ ਵਧਿਆ ਜਾਂਦਾ, ਆਪਾਂ ਮੋਰਚਾ ਜਿੱਤਣਾ। ਮੇਰੀ ਕਿਸੇ ਨੂੰ ਗੱਲ ਮਾੜੀ ਲੱਗੀ ਹੈ, ਜਿੱਦਣ ਮੈਂ ਜਿਨ੍ਹਾਂ ਨੂੰ ਤੁਸੀਂ ਕਾਮਰੇਡ ਕਹਿੰਦੇ, ਜਦੋਂ ਇਹਨਾਂ ਨੂੰ ਮੈਂ ਸਟੇਜ ਤੋਂ ਠੋਕਦਾ ਸੀ ਉਦੋਂ ਤਾਂ ਕਿਸੇ ਨੇ, ਕੋਈ ਨਹੀਂ ਮੇਰੇ ਨਾਲ ਖੜਿਆ, ਅੱਜ ਜਦੋਂ ਮੈਂ ਜਦੀਪ ਦੇ ਇਹਨਾਂ ਦੇ ਭੇਤ ਖੋਲਿਆ ਇਹਦੇ, ਤਾਂ ਤੁਸੀਂ ਮੈਨੂੰ ਵੀ ਗੱਦਾਰ, ਮੈਨੂੰ ਵੀ ਕਾਮਰੇਡ, ਮੈਨੂੰ ਵੀ ਪਤਾ ਨਹੀਂ ਕੀ, ਸਾਡੇ ਅੰਦਰ ਦਰਦ ਆ, ਅਸੀਂ ਦਰਦ ਲੈ ਕੇ ਤੁਰੇ ਹੋਏ ਹਾਂ ਮੇਰੇ ਭਰਾਓ। ਅਤੇ ਜਿੱਥੇ ਮੈਂ ਜਿੰਨਾ ਮੈਂ ਠੋਕਿਆ, ਮੇਰੀਆਂ ਵੀਡੀਓ ਪਈਆਂ ਨੇ, ਦੱਸੋ ਕਿਹੜਾ, ਹਰ ਵੀਡੀਓ ਤਾਂ ਪਈ ਹੈ ਯਾਰ ਨੈੱਟ 'ਤੇ, ਹਰ ਮੇਰੇ ਪੇਜ 'ਤੇ ਪਈ ਹੈ, ਦੱਸੋ ਕਿੱਥੇ ਸ਼ਰੇਆਮ ਸਟੇਜ 'ਤੇ ਨਹੀਂ ਠੋਕਿਆ। ਅਤੇ ਮੈਂ ਹੁਣ ਮੇਰੀ ਹੈ, ਚਾਹੇ ਉਹਨੂੰ ਬੇਨਤੀ ਸਮਝ ਲਓ ਚਾਹੇ ਚੇਤਾਵਨੀ, ਸਾਰੇ ਕਿਸਾਨ ਆਗੂ, ਕਿ ਤੁਸੀਂ ਵੱਡੇ ਸੁੰਗੜੀਆਂ ਦਿਲੀਆਂ ਹੀ ਨਾ ਰੱਖੋ, ਵੱਡੇ ਦਿਲ ਰੱਖੋ, ਤੁਹਾਡੇ ਨਾਲ ਖੜੇ ਹਾਂ ਨੌਜਵਾਨੀ, ਇੱਕ ਟੋਕੇ ਖੜੇ ਹਾਂ,
ਤੇ ਜੇ ਹੁਣ ਤੁਸੀਂ ਇਹ ਮਤਲਬ ਨਹੀਂ ਦਿੰਦੇ ਸਾਥ ਲੱਖੇਰਾਂ ਦਾ ਜਾਂ ਤੁਸੀਂ ਇਕੱਠੇ ਨਹੀਂ ਹੁੰਦੇ ਇੱਕ ਦੂਜੇ ਦੇ ਦੂਸ਼ਣਬਾਜ਼ੀਆਂ ਕਰੋਗੇ ਤਾਂ ਮੈਂ ਭੁੱਖ ਹੜਤਾਲ ਤੇ ਬੈਠੂੰਗਾ। ਇਹ ਮੇਰੀ ਚੇਤਾਵਨੀ ਆ, ਇਹਨੂੰ ਚੇਤਾਵਨੀ ਸਮਝ ਲਓ, ਇਹਨੂੰ ਮੇਰੀ ਬੇਨਤੀ ਸਮਝ ਲਓ ਕਿ ਇੱਥੋਂ ਤੱਕ ਨੌਬਤ ਨਾ ਆਵੇ। ਇਕੱਠੇ ਰਹੋ, ਅਸੀਂ ਜਦੋਂ ਇਕੱਠੇ ਆ ਸਾਰੇ, ਜਦੋਂ ਪੰਜਾਬ ਰਹਿਣਾ ਹਰ ਕੋਈ ਇਕੱਠਾ ਹੋ ਗਿਆ ਤਾਂ ਤੁਹਾਡੀ ਪਤਾ ਨਹੀਂ ਕੀ ਤੁਹਾਨੂੰ ਬਿਆਨ ਦੇਣ ਲੱਗਿਆ ਤਾਂ ਮੈਨੂੰ, ਸਾਨੂੰ ਪਤਾ ਇਕੱਠੇ ਹੋ ਤੁਸੀਂ ਉਸ ਲੈਵਲ 'ਤੇ ਜਦੋਂ ਸਰਕਾਰ ਨਾਲ ਗੱਲ ਕਰਨੀ ਹੈ, ਪਰ ਸਟੇਜਾਂ 'ਤੇ ਤੁਹਾਨੂੰ ਕੀ ਹੋ ਜਾਂਦਾ? ਬਜ਼ੁਰਗ ਬੁੜੇ ਬੰਦੇ 80-80 ਸਾਲ ਦੇ 70 ਸਾਲ ਦੇ ਤੁਹਾਨੂੰ ਬਿਆਨ ਦੇਣ ਲੱਗੇ ਨਹੀਂ ਪਤਾ ਲੱਗਦਾ? ਕਿਉਂ? ਇਹ ਨਹੀਂ ਮੁੰਡੇ ਸਾਡੇ, ਹਰ ਕੋਈ ਆਪਣਾ, ਹਰ ਕੋਈ ਸਾਡਾ, ਕੋਈ ਸਾਡਾ ਦੁਸ਼ਮਣ ਨਹੀਂ, ਕੋਈ ਇੱਥੇ ਕੋਈ ਵਕਾਊ ਨਹੀਂ ਹੈ, ਸਿਰਫ ਇੱਕ ਨੂੰ ਛੱਡ ਕੇ ਉਹ ਸੋਚ ਸਮਝ ਕੇ ਪਲੈਨਿੰਗ ਨਾਲ ਆਇਆ ਬੰਬੇ ਵਾਲਾ, ਉਹਦੀ ਨਹੀਂ। ਤੁਸੀਂ ਅੱਜ ਮੇਰਾ ਵਿਰੋਧ ਕਰੋ ਸਾਰੇ ਭਰਾ ਬਾਹਰਲੇ ਵੀ, ਕੱਲ੍ਹ ਵੀ ਕਰੋ, ਮੇਰਾ ਜਿੱਥੇ ਸਟੈਂਡ ਹੈ ਉੱਥੇ ਮੇਰਾ ਸਟੈਂਡ ਹੈ, ਅੱਕ ਕੇ ਬੋਲਿਆ ਸੀ, ਪਰ ਜਿੱਥੇ ਇੱਥੇ ਵੀ ਸਟੈਂਡ ਹੈ, ਇੱਥੇ ਜਥੇਬੰਦੀਆਂ ਗਲਤ ਕਰਨਗੀਆਂ, ਠੋਕਾਂਗੇ, ਪਹਿਲਾਂ ਵੀ ਠੋਕਿਆ, ਕਹਾਂਗੇ ਉਹਨਾਂ ਨੂੰ, ਮੂੰਹ 'ਤੇ ਵੀ ਕਹਾਂਗੇ, ਲੋਕਾਂ ਨੂੰ ਵੀ ਦੱਸਾਂਗੇ, ਪਰ ਅੱਜ ਵੇਲਾ ਇਕੱਠੇ ਰਹਿਣ ਦਾ। ਬਾਕੀ ਕੋਈ ਕਿਸੇ ਤੋਂ ਕੋਈ ਵੀ ਗੱਲ ਹੈ, ਮੈਂ ਭੱਜਿਆ ਹਰ ਕਿੰਨੇ ਭਰਾਵਾਂ ਨਾਲ ਗੱਲ ਕੀਤੀ ਹੈ, ਪਰ ਕਮੈਂਟ ਜਿਹੜੇ ਤੁਸੀਂ ਥੱਲੇ ਕਰਦੇ ਹੋ, ਜਿਹੜੀਆਂ ਮੇਰੀਆਂ ਪੋਸਟਾਂ ਅਤੇ ਮੇਰੇ ਇੰਸਟਾਗ੍ਰਾਮ 'ਤੇ, ਉਹ ਤਾਂ ਸੋਚੋ ਕਿ ਉੱਥੇ ਲੋਕਾਂ ਦੀਆਂ ਧੀਆਂ ਭੈਣਾਂ ਵੀ ਹੈ, ਉੱਥੇ ਸਭ ਦੀਆਂ ਧੀਆਂ ਭੈਣਾਂ, ਉਹ ਵੀ ਪੜ੍ਹਦੀਆਂ, ਮੈਨੂੰ ਕੋਈ ਅਸਰ ਨਹੀਂ, ਮੇਰੇ 'ਤੇ ਕੀ ਅਸਰ? ਜਲੂਸ ਤਾਂ ਤੁਹਾਡਾ ਆਪਣਾ ਕੱਢਦੇ ਹੋ। ਜੇ ਅਸੀਂ ਇੱਕ ਬੰਦੇ ਦੀ ਤਰੀਫ ਕਰਦੇ ਹਾਂ ਤਾਂ ਅਸੀਂ ਸਿਰਫ ਤਰੀਫ ਚਾਹੁੰਦੇ ਹਾਂ, ਤੁਸੀਂ ਸੱਚ ਨਹੀਂ ਚਾਹੁੰਦੇ, ਸੱਚ ਦੱਸਿਆ। ਪਰ ਜੇ ਮੈਂ ਵਿਰੋਧ ਹੀ ਕਰਨਾ ਹੁੰਦਾ, ਮੈਂ ਲੱਖੇ ਦਾ ਕਿਉਂ ਨਹੀਂ ਕੀਤਾ ਉਸ ਦਿਨ ਵਿਰੋਧ? ਕਿਉਂਕਿ ਮੈਨੂੰ ਪਤਾ ਸੀ ਉਹ ਬੰਦੇ ਨਹੀਂ, ਉਹ ਬੰਦੇ ਦੀ ਕੋਈ ਗਲਤੀ ਨਹੀਂ ਆ, ਉਹ ਬੰਦੇ ਨੇ ਰੋਕਿਆ ਲੋਕਾਂ ਨੂੰ, ਜਦੋਂ ਉਹਨੂੰ ਪਤਾ ਲੱਗਿਆ ਕਿ ਲਾਲ ਕਿਲੇ 'ਤੇ ਟ੍ਰੈਪ 'ਚ ਫਸ ਗਏ, ਉਹਨੇ ਰੋਕਿਆ ਹੈ, ਉਹਦੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਸੀ, ਉਹਦੀ ਚਿੰਤਾ ਵੇਖਣ ਵਾਲੀ ਸੀ ਉਸ ਟਾਈਮ। ਸਾਨੂੰ ਇਹਨਾਂ ਚੀਜ਼ਾਂ ਨੂੰ ਵੇਖਣਾ ਪੈਣਾ, ਅਤੇ ਜਥੇਬੰਦੀਆਂ ਨੂੰ ਮੇਰੀ ਅਪੀਲ ਹੈ ਕਿ ਸਾਥ ਦਿਓ। ਜੇ ਲੱਖਾਂ ਪੁਲਿਸ ਫੜੂਗੀ ਤਾਂ ਪਰ ਸਾਨੂੰ ਵੀ ਫੜੂਗੀ, ਫਿਰ ਅਸੀਂ ਮਰਨ ਵਰਤ 'ਤੇ ਵੀ ਬੈਠਾਂਗੇ, ਆਪਣੇ ਬੰਦੇ ਲਈ, ਛਡਾਉਣ ਲਈ, ਜੇ ਉਹਨੂੰ ਜੇਲ੍ਹ 'ਚ ਲੈ ਕੇ ਜਾਣਗੇ ਉੱਥੇ ਅਸੀਂ ਮਰਨ ਵਰਤ 'ਤੇ ਬੈਠਾਂਗੇ, ਅਸੀਂ ਭੁੱਖ ਹੜਤਾਲ 'ਤੇ ਬੈਠਾਂਗੇ। ਸਿੱਧ ਮੈਨੂੰ ਕਿਸੇ ਦਾ ਪਤਾ ਨਹੀਂ, ਮੈਂ ਆਪਣੀ ਗੱਲ ਕਰਦਾ। ਅਤੇ ਤੁਸੀਂ ਜਿਹੜੀ ਦੂਜੇ ਭਰਾਵਾਂ ਨਾਲ, ਠੀਕ ਹੈ ਉਹਨਾਂ ਤੋਂ ਗਲਤੀ ਹੋਈ ਆ, ਤੁਹਾਡੇ ਤੋਂ ਵੀ ਗਲਤੀਆਂ ਹੋਈਆਂ ਨੇ, ਪੰਧੇਰਾਂ ਤੋਂ ਗਲਤੀ ਹੋਈ ਆ, ਪਰ ਉਹ ਗਲਤੀ ਨੂੰ ਛੱਡ ਕੇ ਉਹ ਭਰਾਵਾਂ ਦੀ ਅੱਜ ਲੋੜ ਆ, ਉਹ ਕੰਧ ਕੱਢੋ ਵਿੱਚੋਂ, ਸਟੇਜ ਇੱਕ ਕਰੋ ਅਤੇ ਇਕੱਠੇ ਲੜੋ, ਅਤੇ ਆਪਾਂ ਲੜ ਕੇ ਜਿੱਤਾਂਗੇ। ਜਿੱਦਣ ਵਾਪਸ ਆ ਜਾਓਗੇ ਪੰਜਾਬ 'ਚ, ਜਿਹਨੂੰ ਜੋ ਕਹਿਣਾ ਉਹਨੂੰ ਮਾਰਨਾ ਗੋਲੀ ਮਾਰ ਦਿਓ, ਬਾਹਰ ਵਾਲਿਆਂ ਨੇ ਭਰਾਵਾਂ ਨੂੰ ਬੇਨਤੀ ਹੈ, ਜਿਹਨੂੰ ਵੱਢਣਾ ਵੱਢ ਦਿਓ, ਜਿਹਨੂੰ ਠੋਕਣਾ ਠੋਕ ਦਿਓ, ਉਹ ਬਾਅਦ ਦੀਆਂ ਗੱਲਾਂ ਨੇ। ਅੱਜ ਸਾਡਾ ਦੁਸ਼ਮਣ ਵੱਡਾ ਹੈ ਅਤੇ ਅਸੀਂ, ਸਾਨੂੰ ਇੱਕ ਹੋਣ ਦੀ ਲੋੜ ਹੈ, ਉਹ ਸਾਡੀਆਂ ਫੁੱਟਾਂ ਕਰਕੇ ਕਿਤੇ ਦੁਸ਼ਮਣ ਸਾਡਾ ਫਾਇਦਾ ਨਾ ਚੁੱਕੇ, ਇਹ ਤੁਹਾਨੂੰ ਚੀਜ਼ ਸਮਝਣੀ ਪੈਣੀ ਹੈ। ਬਾਕੀ ਮੈਂ ਫਿਰ ਸਾਰੀ ਜਨਤਾ ਨੂੰ ਕਹਿਣਾ ਕਿ ਆਓ ਆਪਾਂ ਲੱਖੇ ਬਾਈ ਦੇ ਨਾਲ ਐਡਾ ਕੁ ਪ੍ਰੈਸ਼ਰ ਬਣਾਈਏ ਕਿ ਪੁਲਿਸ ਦੀ ਐਸੀ ਦੀ ਤੈਸੀ, ਯਾਰ ਕਿਸੇ ਦੀ ਵੀ ਐਸੀ ਦੀ ਤੈਸੀ, ਸਰਕਾਰ ਦੀ, ਸੈਂਟਰ ਦੀ ਗੱਲ ਕਿ ਚੱਕ ਜੇ, ਕੀ ਮਾੜਾ ਕਰਤਾ ਉਹਨੇ, ਕੀ ਮਾੜਾ ਕਰਤਾ ਉਹਨੇ, ਠੀਕ ਹੈ ਨਾ? ਅਤੇ ਬਾਕੀ ਜਥੇਬੰਦੀਆਂ ਨੂੰ ਗਲਤੀ ਹੁੰਦੀ ਹੈ, ਬੰਦਾ ਸਰਕਾਰ ਹੈ, ਸਰਕਾਰ ਦੇ ਟ੍ਰੈਪ 'ਚ ਫਸਿਆ ਜਾਣਾ, ਕੋਈ ਛੋਟੀ ਮੋਟੀ ਧਰ ਨਾਲ ਥੋੜ੍ਹਾ ਲੜ ਰਹੇ ਆਪਾਂ, ਪਰ ਬਾਹਰਲਿਆਂ ਨੂੰ ਮੇਰੀ, ਜਿਹੜੇ ਹੁਣ ਵੀ ਦੀਪ ਦੇ ਮਗਰ ਆ, ਹੈ ਨਾ, ਸੋਰੀ, ਉਹਦਾ ਨਾਂ ਹੀ ਨਹੀਂ ਸੀ ਲੈਣਾ ਚਾਹੁੰਦਾ ਮੈਂ ਤਾਂ, ਬੰਬੇ ਵਾਲਾ ਕ੍ਰਾਂਤੀਕਾਰੀ ਵੱਡਾ, ਉਹਦੇ ਤੋਂ ਬਚ ਜਾਓ, ਉਹਦੇ ਤੋਂ ਬਚ ਜਾਓ, ਦੱਸੋ ਕਿਉਂ? ਕਹਿੰਦਾ ਮੈਨੂੰ ਦੁੱਕੀ ਦਾ ਬੰਦਾ, ਦੱਸਾਂਗੇ ਦੁੱਕੀ ਦਿਆਂ ਕਿ ਟਿੱਕੀ ਦਿਆਂ, ਹੈ ਨਾ, ਜਿੱਦਣ ਨਾਲ ਸਾਥ ਦੇਣਾ ਸੀ ਉੱਦਣ, ਪਰ ਹੁਣ ਇਹ ਗੱਲਾਂ ਕਰਨ ਦਾ ਵੇਲਾ ਹੀ ਨਹੀਂ ਹੈ। ਹੁਣ ਵੇਲਾ ਲੱਖੇ ਦਾ ਸਾਥ ਦੇਣਾ, ਲੱਖਾਂ ਨੌਜਵਾਨੀ ਦਾ ਸਾਥ ਦੇਵੇ, ਨੌਜਵਾਨੀ ਲੱਖੇ ਦਾ ਸਾਥ ਦੇਵੇ, ਜਥੇਬੰਦੀਆਂ ਸਭ ਦਾ ਸਾਥ ਦੇਣ, ਸਭ ਨੂੰ ਨਾਲ ਲੈ ਕੇ ਚੱਲਣ, ਅਤੇ ਜਿਹੜੀ ਆਪਸੀ ਪਹਿਲਾਂ ਵੀ, ਸਗੋਂ ਪਹਿਲਾਂ ਜੇ ਦੋਸਤ ਡਾਂ ਸੀ, ਹੁਣ ਤਾਂ ਤੁਹਾਨੂੰ ਉਹ ਤੋੜ ਕੇ ਕੰਧ, ਜਿਵੇਂ ਭਰਾ ਕੱਢ ਦਿੰਦੇ ਹੋ, ਮੈਂ ਕੱਢ ਕੇ ਕੰਧ, ਇੱਕ ਹੋ ਜਾਓ। ਅਤੇ ਬਾਕੀ ਮੇਰਾ ਕਿਸੇ ਨਾਲ ਕੋਈ ਰੌਲਾ ਨਹੀਂ ਹੈ, ਮੇਰੇ ਤੁਸੀਂ ਸਾਰੇ ਹੋ, ਮੈਨੂੰ ਗਾਲਾਂ ਕੱਢਣ ਵਾਲੇ ਵੀ ਮੇਰੇ ਹੀ ਹੋ, ਮੇਰੇ ਨਾਲ ਰਹਿਣ ਵਾਲੇ ਤਾਂ ਮੇਰੇ ਹੀ ਹੋ, ਅਤੇ ਜਿਹੜੇ ਮੇਰੇ ਵਿਰੋਧੀ ਹੈ, ਤੁਹਾਨੂੰ ਕੋਈ ਗੁੱਸਾ ਗਿਲਾ, ਤੁਹਾਨੂੰ, ਤੁਸੀਂ ਦੀਪ ਦੇ ਸਪੋਰਟਰ ਹੋ ਨਹੀਂ ਹੋ, ਪਰ ਤੁਸੀਂ ਮੇਰੇ ਹੋ। ਬਾਕੀ ਸੱਚ ਸਮੇਂ ਦੇ ਆਉਂਦਾ, ਅਤੇ ਜਿੱਥੇ ਅਸੀਂ ਲੜਾਈ ਕਿਸਾਨੀ ਲਈ ਲੜ ਰਹੇ ਹਾਂ, ਅਤੇ ਜਿੰਨਾ ਚਿਰ ਨਹੀਂ ਜਿੱਤਦੇ ਲੜਾਂਗੇ, ਇੱਕ ਠੋਕ ਕੇ ਲੜਾਂਗੇ, ਲੜਾਂਗੇ ਜਿੱਤਾਂਗੇ, ਨਹੀਂ ਤਾਂ ਮਰਾਂਗੇ, ਠੀਕ ਹੈ ਨਾ? ਲੜਾਂਗੇ ਜਿੱਤਾਂਗੇ, ਨਹੀਂ ਤਾਂ ਫਿਰ ਮਰਾਂਗੇ, ਚਾਹੇ ਸਰਕਾਰ ਦੀ ਗੋਲੀ ਨਾਲ ਮਰੀਏ, ਚਾਹੇ ਉੱਥੇ ਭੁੱਖ 'ਤੇ ਭੁੱਖੇ ਮਰੀਏ, ਪਰ ਐਂ ਨਹੀਂ ਭੱਜਦੇ, ਐਂ ਨਹੀਂ ਭੱਜਦੇ, ਇਹ ਗੱਲ ਵਿਸ਼ਵਾਸ ਰੱਖਿਓ। ਬਾਕੀ ਮੇਰੀ ਫਿਰ ਬੇਨਤੀ ਆ ਕਿ ਮੈਂ, ਜੇ ਨਹੀਂ ਤੁਸੀਂ ਇਹ ਕੰਮ ਕਰੋਗੇ, ਫਿਰ ਮੈਂ ਭੁੱਖ ਹੜਤਾਲ 'ਤੇ ਬੈਠੂੰਗਾ। ਯਾਰ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੋ, ਆਪਾਂ ਬਹੁਤ ਨੇੜੇ ਹਾਂ, ਬਹੁਤ ਨੇੜੇ ਹਾਂ ਜਿੱਤ ਦੇ। ਅੱਜ ਹਰਿਆਣਾ ਕਿੰਨੀ ਵੱਡੀ ਤਾਦਾਦ 'ਚ ਖੜਾ ਹੋ ਚੁੱਕਿਆ, ਅੱਜ ਯੂਪੀ ਕਿੰਨੀ ਤਾਦਾਦ 'ਚ ਖੜਾ ਹੋ ਚੁੱਕਿਆ। ਬਾਕੀ ਮੇਰੀ ਲੀਡਰਾਂ ਨੂੰ ਬੇਨਤੀ ਆ, ਪੋਲੀਟੀਕਲੀ ਤੁਸੀਂ ਸਾਡੇ ਇਮੋਸ਼ਨ ਨਾਲ ਨਾ ਖੇਡੋ। ਜੇ ਅੱਜ ਟੈਕੈ ਸਰ ਰੋ ਕੇ ਸਾਡਾ ਮੋਰਚਾ ਖੜਾ ਹੋਇਆ, ਤਾਂ ਉੱਥੇ ਬਾਹਲੇ ਡਰਾਮੇ ਕਰਨ ਦੀ ਹੁਣ ਲੋੜ ਨਹੀਂ, ਸਪੋਰਟ ਕਰੋ, ਜਾ ਕੇ ਸਰਕਾਰ 'ਤੇ ਪ੍ਰੈਸ਼ਰ ਪਾਓ, ਉੱਥੇ ਬੈਠੋ ਭੁੱਖ ਹੜਤਾਲ 'ਤੇ, ਤੁਸੀਂ ਸਾਰੇ ਲੀਡਰ, ਚਾਹੇ ਅਕਾਲੀ ਨੇ, ਚਾਹੇ ਕਾਂਗਰਸੀ ਨੇ, ਚਾਹੇ ਆਮ ਆਦਮੀ ਨੇ, ਚਾਹੇ ਕੋਈ ਨੇ, ਤੁਸੀਂ ਹੁਣ ਇੱਧਰ ਸਾਡੇ ਨਾਲ ਘੁਸਪੈਠ ਜੀ ਕਰਨ ਦੀ ਕੋਸ਼ਿਸ਼ ਨਾ ਕਰੋ, ਇਹ ਵੀ ਮੇਰੀ ਬੇਨਤੀ ਹੈ। ਅਤੇ ਬਾਕੀ ਇਕੱਠੇ ਰਹੀਏ ਭਰਾਓ, ਦੂਸ਼ਣਬਾਜ਼ੀਆਂ ਛੱਡੀਏ, ਅਤੇ ਸਾਰੇ ਰਲ ਕੇ
एके नाल चलीए जंग जितीए उदू बाद किन्ने की कीता ए तोड़ नबेड़े करांगे ए निपटारे करांगे पर एको बंदे लई मेरा स्टैंड रहूगा पर हुण नहीं बोलूंगा मैं हुण नहीं बोलूंगा। कोई भी जड़े मैनू इंटरव्यू वाले सवाल करदे आ भरा जां पत्रक मीटिंग दे इंटरव्यू कर मेरी बेनती है किसानी वास्ते मेरे नाल गल करो मैनू आ चटकारे लैण लई स्वाद लैण लई जां वी मैं उहदे लई बोल पब्लिसिटी मैनू कुछ ऐसा नहीं चाहीदा मैं किसे लई कुछ नहीं बोलना ठीक है मैं अपना ठोक के जिहड़ियां गल्लां कहीआं ने उह कह चुके आ उह सच ने उह सच ने बाकी किसे नाल कोई रौला नहीं है जथेबंदियां नूं ठोकदा जिन्ना मैं रहा मेरे जिन्ना किसे ने नहीं जवाब दित्ता ठोक के ते जथेबंदियां नूं मैं परसों भी गल्लां ठोक के होईआं ठोक के कीतीआं ठीक है ना ते किस लैवल ते कीतीआं चाहे बापू डल्लेवाल साहब नूं पुछिओ फोन करके कि गल मुंडे ने की किहा मुंडा बलजीत है उहनूं पुछिओ की किहा है ना ऐ नहीं मूंह मोड़ दिंदे ऐ नहीं मूंह मोड़ दिंदे ठीक है ना। बाकी दो दिन हौसला बहुत टुटा सी कि ऐसी खत्म हो गए 28 तरीक शाम को बोलिया सी जो बोलिया सी सच बोलिया सी उहदे च इह भी बहुत बंदे साढ़े ट्रैप च फसे सरकार दे ते एक साढ़े बंदे दे मिली भुगत है जिहड़ी उहदे नाल गलती हुई है पाप किसे तो नहीं होया ते गलतियां माफ करके अगे इकट्ठे होके बदो यह मेरी बेनती है। किसी को मेरी गल माड़ी लगी है मेरी गल ते कोई गुस्सा है मेरे ते कोई गुस्सा है तुहाडा गुस्सा सिर मत्थे तुहानूं जो तुहाडी सजा है सिर मत्थे पर मैं ना गद्दार ना गद्दारी मेरे खून च है मरांगे जित्तांगे लड़ांगे ठीक है ना लड़ांगे जित्तांगे नहीं तो फिर मरांगे यह गल पक्की है ये हिक ठोक के कहने हिक ठोक के मरदा वांगू लड़िया तो मरदा वांगू लड़ांगे ठीक है। ड्रामे नहीं आते एक्टर वांगू सानू करने ना किते आ ते मैं एक बार फिर तेनू जाके पहला उन्होंने सिर च पग रखूंगा उन्होंने पैरों च जथेबंदियों के कि बंदे वाले काम करो बयानबाजियां सोच समझ के करो तो उस तो बाद जो नहीं मनणगे मैं भुख हड़ताल से बैठूंगा जो एक नहीं होंगे जे किसी का भी साढ़े सारे भरावों का साथ नहीं देंगे तो बेनती है। वाहिगुरू जी खालसा वाहिगुरू जी की फतेह किसान मजदूर एकता जिंदाबाद जत्तांगे